ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮੋਰਨਿੰਗ, ਅਦਾਬ, ਨਮਸਤੇ, ਵੈਲਕਮ ਬੈਕ ਆਪਣੀ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਐਜ਼ ਯੂਜ਼ੁਅਲ ਆਏ ਹਾਂ ਜੀ USA ਨੂੰ, ਆਈਵਾ ਦੇ ਵਿੱਚ ਹਾਂ ਜੀ। ਅਤੇ ਇੱਥੇ ਆਏ ਹਾਂ ਪਿਕਅਪ ਕਰਨੀ ਆਪਾਂ ਉੱਥੇ ਟਰੱਕ ਲਾਉਣਾ। ਪ੍ਰੋਬਲਮ ਇਜ਼ ਕਿ ਇੱਧਰੋਂ ਬੈਕ ਹੀ ਲੈ ਕੇ ਜਾਣਾ, ਜਿਹੜੇ ਬਲਾਈਂਡ ਪਿਕਅਪ ਲੱਗਣੀ ਜਿੱਥੇ ਉਹ ਔਰੇਂਜ ਟਰੱਕ ਲੱਗਾ ਹੋਇਆ ਨਾ, ਦੂਸਰਾ ਵਾਲਾ ਆਪਾਂ ਉੱਥੇ ਲਗਾਉਣਾ ਜਦੋਂ ਉੱਥੋਂ ਫ੍ਰੀ ਹੋ ਗਿਆ। ਅਤੇ ਇੱਧਰੋਂ ਇੱਥੇ ਰੋਡ ਤੋਂ ਸਿੱਧਾ ਬੈਕ ਹੀ ਜਾਊਗਾ ਕਿਉਂਕਿ ਉਹਦੇ ਅਗਲੇ ਪਾਸੇ ਜਗ੍ਹਾ ਹੈ ਨਹੀਂ ਗੀ। ਸੋ ਔਖੀ ਆ ਬਟ ਕਰਾਂਗੇ, ਬਿੱਲਿਆ ਕੰਮ ਔਖਾ ਪਰ ਕਰਾਂਗੇ ਜ਼ਰੂਰ। ਵੈਸੇ ਨਾ ਗੋਰਿਆਂ ਦੀ ਗੱਲ ਹੋ ਜਾਂਦੀ ਆ, ਜਿਹੜਾ ਬਾਈ ਚੱਲਿਆ ਨਾ, ਇਹਨੇ ਟਰੱਕ ਲਗਾਇਆ ਹੋਇਆ ਸੀਗਾ ਇੱਥੇ। ਆਹ ਗੋਰੇ ਦਾ ਥੋੜ੍ਹਾ ਜਿਹਾ ਡਰਾਈਵ ਕਵਰ ਅਪ ਕੀਤਾ ਹੈ ਅਤੇ ਉਸ ਵੇਲੇ ਆ ਗਿਆ, ਕਹਿੰਦਾ ਵੀ ਇਹਨੂੰ ਥੋੜ੍ਹਾ ਜਿਹਾ ਮੂਵ ਕਰ। ਐਂਡ ਉਹ ਵੀ ਪਿਆਰ ਨਾਲ ਹੀ, ਯੂ ਆਰ ਔਨ ਮਾਈ ਫਕਿੰਗ ਡਰਾਈਵ ਮੂਵ ਫਰੋਮ ਹੇਅਰ ਜੇ ਉਹ ਆ ਕੇ ਬੋਲ ਕੇ ਗਿਆ ਉਹਨਾਂ ਨੂੰ, ਹੈ ਨਾ। ਇਹਨਾਂ ਦਾ ਮਤਲਬ ਕਿ ਵੀ ਆਈ ਡੋਂਟ ਨੋ, ਹੁਣ ਕੰਪਨੀਆਂ ਵਾਲਿਆਂ ਨਾਲ ਕੋਈ ਚੱਲਦਾ ਹੋਊਗਾ ਨਾ, ਟਰੱਕਾਂ ਵਾਲੇ ਆ ਕੇ ਖੜ੍ਹ ਜਾਂਦੇ ਹੋਣਗੇ, ਖੜ੍ਹਦੇ ਹੀ ਹੈ ਨਾ। ਮੈਂ ਵੀ ਉੱਥੇ ਪਹਿਲਾਂ ਲਾਇਆ ਸੀਗਾ ਪਹਿਲਾਂ ਜਦੋਂ ਮੈਂ ਅੰਦਰ ਗਿਆ ਸੀ, ਹੈ ਨਾ। ਪਰ ਇਹਨਾਂ ਦਾ ਹੈ ਨੀਗਾ ਦੀਨ ਮਨ, ਵੀ ਬਿਲਕੁਲ ਹੀ ਦਿਲ ਛੁੱਟ ਰੱਖ ਕੇ ਬੈਠੇ ਹੁੰਦੇ ਆ ਵੀ ਹਾਂ ਪਤਾ ਨਹੀਂ ਇਹਦੇ ਡਰਾਈਵਰ। ਈਵਨ ਰੋਡ ਦੇ ਉੱਤੇ ਆ ਅਤੇ ਜੇ ਰੋਡ ਦੇ ਉੱਤੇ ਵੀ ਲੱਗਾ ਤਾਂ ਪਤਾ ਨਹੀਂ ਤਾਂ ਵੀ ਉਹਦਾ ਕੀ ਲੈ ਚੱਲੇ ਅਸੀਂ ਤਾਂ ਕੀ ਨਹੀਂ ਲੈ ਚੱਲੇ। ਇਹ ਗੋਰਿਆਂ ਦਾ ਇਹੀ ਹਿਸਾਬ ਤਾ, ਆ ਕੇ ਇੰਨਾ ਰੂਡ ਬੋਲਿਆ ਉਹਨਾਂ ਨੂੰ, ਛੱਡੀ ਗੱਲ ਤੋਂ ਲਾ ਤਾ ਜੇ ਬੈਗ, ਕੋਈ ਬਾਲਾ ਚੱਕਰ ਨਹੀਂ ਪਿਆ, ਮਿੰਟ ਮਿੰਟ ਹੀ ਲੱਗ ਗਈ, ਪਤਾ ਹੀ ਨਹੀਂ ਲੱਗਾ। ਟ੍ਰਿਊ ਨੌਰਥ ਵਾਲੇ ਆਪਣੇ ਉੱਧਰ ਦੇ ਆਪਾਂ ਇਹਦੀ ਹੈਲਪ ਕੀਤੀ ਹੈ ਨਾ, ਚੱਲ ਬਾਈ ਥੋੜ੍ਹਾ ਜਿਹਾ ਬਾਹਰ ਨਿਕਲਿਆ, ਪਰ ਇਹਦੀ ਲੋੜ ਹੀ ਨਹੀਂ ਪਈ ਬਾਈ ਦੀ, ਆਪਾਂ ਉੱਧਰੋਂ ਲੈ ਕੇ ਆਏ ਸੀਗੇ। ਅਤੇ ਇੱਧਰਾਂ ਬੈਗ ਉਹ ਰੋਡ ਦੇ ਉੱਤੇ ਇਹ ਇੱਥੋਂ ਲੈ ਕੇ ਆਏ ਸੀ, ਇੱਧਰ ਆਇਆ ਇੱਧਰ ਬੈਗ ਲਿਆਉਂਦੇ 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 ਅਤੇ ਆਪਾਂ ਇੱਥੇ ਲਿਆਂਦਾ ਸੀ। ਇੱਧਰਲੇ ਪਾਸੇ ਵੀ ਆਹ ਜਗ੍ਹਾ ਜੀ ਘੱਟ ਆ ਨਾ, ਤਾਂ ਕਰਕੇ ਥੋੜ੍ਹੀ ਜਿਹੀ ਪ੍ਰੋਬਲਮ ਜੀ, ਬਟ ਡੈਟਸ ਓਕੇ, ਲੱਗ ਗਿਆ ਵਧੀਆ। ਅਗਲੇ ਪਾਸੇ ਵੀ ਇਹਨਾਂ ਨੇ ਆਹ ਲਾਏ ਹੋਏ ਆ ਸਾਰੇ ਪਾਸੇ। ਹਾਂਜੀ ਬਈ, ਸ਼ੋਰਟਸ ਤਾਂ ਸਾਰਿਆਂ ਨੇ ਦੇਖ ਲਏ ਹੋਣੇ ਹੈ ਨਾ, ਅਤੇ ਟਾਈਟਲ ਤੋਂ ਵੀ ਪਤਾ ਲੱਗ ਗਿਆ ਨਾ ਕਿ ਅੱਜ ਦੀ ਵੀਡੀਓ ਕਾਹਦੀ ਆ। ਸੋ ਤੁਹਾਨੂੰ ਦਿਖਾਉਂਦੇ ਹਾਂ ਜੀ, ਆਪਾਂ ਲੈ ਕੇ ਆਏ ਹਾਂ ਜੀ ਨਵਾਂ ਡਰੋਨ, ਅਤੇ ਅਨਬੋਕਸਿੰਗ ਹੀ ਕਹਿ ਲਓ ਹੈ ਨਾ, ਕਿਉਂਕਿ ਇਹਦੇ ਵਿੱਚ ਇੱਦਾਂ ਹੀ ਆਹੀ ਬੋਕਸ ਸੀਗਾ ਅਤੇ ਉੱਪਰ ਇੱਕ ਬੋਕਸ ਦੂਜਾ ਸੀਗਾ ਜਿਵੇਂ ਗੱਤੇ ਦਾ, ਜਿਹਦੇ ਪੈਕ ਕੀਤਾ ਹੁੰਦਾ। ਅਦਰ ਦੈਨ ਦੈਟ ਇਹੀ ਸੀਗਾ। ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਆਪਾਂ ਨੂੰ ਇਹਦੇ ਵਿੱਚ ਕੀ ਮਿਲਿਆ ਐਂਡ ਕਿਹੜਾ ਡਰੋਨ ਆ, ਅਤੇ ਇਹਦੀ ਜੇ ਫੰਕਸ਼ਨੈਲਿਟੀ ਵੀ ਕਿਸੇ ਨੇ ਗਾਂਹ ਜਾਣੀ ਹੋਵੇ ਤਾਂ ਮੈਂ ਜ਼ਰੂਰ ਦੱਸ ਦੂੰਗਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਇਹ ਬੈਗ ਆ ਆਪਣੇ ਕੋਲ, ਠੀਕ ਹੈ। ਅਤੇ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਇਹ ਡਰੋਨ, ਅਤੇ ਇਹ ਮੈਂ ਉਡਾ ਚੁੱਕਾ ਆਲਰੇਡੀ। ਸੋ ਸਭ ਤੋਂ ਇਹ ਉੱਪਰ ਇਹਦੇ ਕਵਰ ਦਿੱਤਾ ਹੁੰਦਾ ਇਸ, ਅਤੇ ਉਸ ਤੋਂ ਬਾਅਦ ਵਿੱਚ ਇੱਥੇ ਕੈਮਰਾ ਵਾ, ਕੈਮਰੇ ਦੇ ਉੱਪਰ ਆ ਕਵਰ ਦਿੱਤਾ ਹੁੰਦਾ। ਇਹਨੂੰ ਵੀ ਇੱਦਾਂ
ਰਿਮੂਵ ਕਰ ਲਈਦਾ। ਫਿਰ ਨੈਕਸਟ ਐਂਡ ਦੈਟਸ ਇਟ, ਆਪਣਾ ਡਰੋਨ ਰੈਡੀ ਆ, ਅਸੀਂ ਤੋਂ ਪਾਵਰ ਔਨ ਕਰਨੀ ਆ ਐਂਡ ਵੀ ਆਰ ਗੁੱਡ ਟੂ ਗੋ। ਠੀਕ ਹੈ ਜੀ, ਫੋਰ ਨਾਓ ਆਪਾਂ ਇਹਨੂੰ ਰੀਪੈਕ ਕਰ ਦਿੰਦੇ ਹਾਂ, ਕਿਉਂਕਿ ਮੈਂ ਜੇ ਇਹਦੀ ਫੰਕਸ਼ਨੈਲਿਟੀ ਜਾਂ ਕਿੱਦਾਂ ਕੰਮ ਕਿੱਦਾਂ ਕਰਦਾ ਉਹ ਨਹੀਂ ਮੈਂ ਦੱਸ ਰਿਹਾ, ਉਹ ਗਾਂਹ ਕਦੇ ਹੋਇਆ ਤਾਂ ਜ਼ਰੂਰ ਦੱਸਾਂਗੇ। ਅਤੇ ਆਪਾਂ ਕਰ ਦਿੱਤਾ ਪੈਕ, ਇਹਦੇ ਉੱਪਰ ਵਾਚ ਜੀ ਲਾਉਣੀ ਆ, ਬਾਅਦ ਵਿੱਚ ਲਗਾ ਦਿੰਦਾ ਮੈਂ। ਨੈਕਸਟ ਆਪਣੇ ਕੋਲ ਹੈਗਾ ਕੰਟਰੋਲਰ, ਅਤੇ ਇਹਦੇ ਇੱਥੇ ਹੁੰਦੀਆਂ ਥੱਲੇ ਲੱਗੀਆਂ ਹੋਈਆਂ, ਇਹਨਾਂ ਨੂੰ ਕੱਢ ਕੇ ਇੱਦਾਂ ਅਟੈਚ ਕਰ ਲਈਦਾ। ਠੀਕ ਹੈ ਜੀ, ਅਤੇ ਇੱਥੇ ਆਪਣਾ ਫੋਨ ਲੱਗਦਾ, ਅਤੇ ਇਹ ਵਾਇਰ ਹੁੰਦੀ ਹੈ ਜਿਹੜਾ ਵੀ ਫੋਨ ਹੋਊਗਾ। ਇਹ ਤਿੰਨ ਕਾਫੀ ਵੀ ਦਿੱਤੀਆਂ ਹੋਈਆਂ, ਆਈਫੋਨ ਦੀ ਦਿੱਤੀ ਹੋਈ ਆ, ਸੈਮਸੰਗ ਦੀ ਨਵੀਂ ਨਿਊ ਵਾਲਿਆਂ ਦੀ ਦਿੱਤੀ ਹੋਈ ਆ, ਸੈਮਸੰਗ ਦੇ ਪੁਰਾਣੇ ਵਾਲਿਆਂ ਦੀ ਦਿੱਤੀ ਹੈ। ਸੋ ਜਿਹੜਾ ਵੀ ਤੁਹਾਡੇ ਕੋਲ ਫੋਨ ਆ ਉਹਦੀ ਇੱਕ ਸਾਈਡ ਤੁਹਾਡੇ ਫੋਨ ਵਿੱਚ ਲੱਗ ਜਾਣੀ ਹੈ ਐਂਡ ਦੂਸਰੀ ਸਾਈਡ ਇਹਦੇ ਵਿੱਚ ਹੀ ਲੱਗੀ ਰਹਿ ਜਾਣੀ ਹੈ ਐਂਡ ਇਹਦੇ ਨਾਲ ਫੋਨ ਕਨੈਕਟ ਹੁੰਦਾ ਆਪਣਾ। ਆਹ ਪਾਵਰ ਬਟਨ ਵਗੈਰਾ ਐਂਡ ਫੰਕਸ਼ਨ ਆ ਸਾਰੇ। ਠੀਕ ਹੈ ਜੀ, ਜੇ ਜ਼ਿਆਦਾ ਕਿਸੇ ਨੇ ਡਿਟੇਲ 'ਚ ਜਾਣਨਾ ਹੋ ਤਾਂ ਮੈਨੂੰ ਪੁੱਛਦੇ ਰਹੇ, ਉਹ ਨਾਲ ਦੀ ਨਾਲ ਮੈਂ ਦੱਸ ਦੂੰਗਾ ਕਿਹੜੀ ਚੀਜ਼ ਕਿੱਦਾਂ ਕੰਮ ਕਰਦੀ ਹੈ। ਬਿਕੋਜ਼ ਅਜੇ ਮੈਂ ਵੀ ਥੋੜ੍ਹੇ ਬਹੁਤੇ ਤਾਂ ਨੋਰਮਲ ਉਡਾਇਆ, ਅਜੇ ਸ਼ੋਰਟਸ ਉਡਾਉਣੇ ਆ, ਫਿਰ ਹੋਰ ਕਾਫੀ ਸਾਰੇ ਫੀਚਰ ਆ ਨਾ ਜਿਹੜੇ ਹੌਲੀ ਹੌਲੀ ਮੈਨੂੰ ਪਤਾ ਲੱਗਣਗੇ ਐਂਡ ਹੌਲੀ ਹੌਲੀ ਮੈਂ ਉਹਨਾਂ 'ਤੇ ਕੰਮ ਕਰੂੰਗਾ। ਅਤੇ ਨੈਕਸਟ ਆਪਣਾ ਨੂੰ ਮਿਲਿਆ ਬੈਟਰੀ, ਇਹਦੇ ਵਿੱਚ ਤਿੰਨ ਬੈਟਰੀਆਂ ਆਪਾਂ ਨੂੰ ਮਿਲੀਆਂ ਅਤੇ ਨਾਲ ਚਾਰਜਰ। ਇਹ ਆਪਾਂ ਮੰਗਵਾਇਆ ਫਲਾਈਮੋਰ ਕੰਪੋ ਦੇ ਨਾਲ। ਫਲਾਈਮੋਰ ਕੰਪੋ ਦੇ ਨਾਲ ਕੀ ਹੁੰਦਾ, ਆਪਣੇ ਦੋ ਬੈਟਰੀ ਐਂਡ ਇਹ ਵਾਲਾ ਚਾਰਜਰ ਐਕਸਟਰਾ ਮਿਲਦਾ। ਅਦਰਵਾਈਜ਼ ਕੀ ਮਿਲਦਾ, ਅਦਰਵਾਈਜ਼ ਆਪਾਂ ਨੂੰ ਇਹ ਡਰੋਨ, ਇਹ ਕੰਟਰੋਲਰ ਐਂਡ ਇਹਦੇ ਵਿੱਚ ਇੱਕ ਬੈਟਰੀ ਮਿਲਦੀ ਆ। ਫਿਰ ਜਿਹੜੀ ਬੈਟਰੀ ਵਗੈਰਾ ਚਾਰਜ ਹੋਣੀ ਆ ਉਹਦੇ ਥਰੂ ਹੀ ਹੋਊਗੀ, ਡਰੋਨ ਦੇ ਥਰੂ। ਹੁਣ ਆਪਾਂ ਉਹਦੇ ਥਰੂ ਵੀ ਕਰ ਸਕਦੇ ਹਾਂ, ਅਤੇ ਇਹ ਵੀ ਇਹਦੇ ਵਿੱਚ ਵੀ ਆਵੇ ਆ, ਇੱਥੇ ਚਾਰਜ ਲੱਗਦਾ। ਠੀਕ ਹੈ ਜੀ, ਅਤੇ ਜਿਹੜਾ ਨੋਰਮਲ ਉਹਦੇ ਵਿੱਚ ਇਹ ਤਿੰਨ ਚੀਜ਼ਾਂ ਤੁਹਾਨੂੰ ਮਿਲਦੀਆਂ। ਬੈਗ ਦਾ ਆਈ ਡੋਂਟ ਨੋ ਇਨਕਲੂਡਿਡ ਹੁੰਦਾ ਕਿ ਨਹੀਂ ਹੁੰਦਾ, ਬਟ ਜੇ ਆਪਾਂ ਫਲਾਈਮੋਰ ਕੰਪੋ ਦੇ ਨਾਲ ਮੰਗਵਾਉਂਦੇ ਹਾਂ ਤਾਂ ਆਪਾਂ ਨੂੰ ਬੈਟਰੀਜ਼ ਐਕਸਟਰਾ ਮਿਲ ਜਾਂਦੀਆਂ। ਇਹਦੇ ਨਾਲ ਇਹ ਹੋ ਜਾਂਦਾ ਕਿ ਜਿਵੇਂ ਇੱਕ ਬੈਟਰੀ ਦਾ ਫਲਾਈ ਟਾਈਮ ਇਹਦਾ ਅਰਾਊਂਡ ਹੁੰਦਾ 30 ਕੁ ਮਿੰਟ ਦਾ, 30 ਮਿੰਟ ਵੀ ਪੂਰਾ ਨਹੀਂ ਉੱਡਦਾ, ਬਿਕੋਜ਼ 30 ਮਿੰਟ ਤੋਂ ਪਹਿਲਾਂ ਇਹਨੂੰ ਆਪਾਂ ਵਾਪਸ ਲੈ ਕੇ ਆਉਣਾ ਹੁੰਦਾ ਨਾ। ਸੋ ਆਲਮੋਸਟ 25-26 ਮਿੰਟ ਦੇ ਬਾਅਦ ਇਹ ਡਨ ਹੋ ਜਾਂਦਾ। ਅਤੇ ਜੇ ਹੁਣ ਆਪਾਂ ਕਿਸੇ ਬਾਹਰਲੀ ਜਗ੍ਹਾ 'ਤੇ ਜਾਂਦੇ ਹਾਂ ਤਾਂ ਫਿਰ ਜਿਹੜੀਆਂ ਨਾਲ ਬੈਟਰੀ ਦਿੱਤੇ, ਇੱਕ ਬੈਟਰੀ 30 ਮਿੰਟ ਅਤੇ ਬਾਕੀ 30-30 ਮਿੰਟ ਦੀਆਂ ਬਾਕੀ ਦੋ ਬੈਟਰੀਜ਼ ਹੈ ਨਾ, ਅਤੇ ਆਪਾਂ ਨੂੰ ਜ਼ਿਆਦਾ ਟਾਈਮ ਮਿਲ ਜਾਂਦਾ ਉਡਾਉਣ ਦੇ ਲਈ, ਅਗਰ ਆਪਣੇ ਕੋਲ ਚਾਰਜਿੰਗ ਨਹੀਂ ਹੈਗਾ, ਕਿਉਂਕਿ ਇਹਨਾਂ ਨੂੰ ਚਾਰਜ ਕਰਨ ਦੇ ਵੀ ਕਾਫੀ ਟਾਈਮ ਲੱਗ ਜਾਂਦਾ। ਸੋ ਆਪਾਂ ਮੰਗਾਇਆ, ਅਤੇ ਇਹ ਹੈਗਾ DJI Mini 2। ਪਹਿਲਾਂ ਮੈਂ ਇੱਕ ਹੋਲੀਸਟੋਨ ਦਾ ਵੀ ਉਡਾਇਆ ਸੀਗਾ, ਬਟ ਉਹ ਤਾਂ ਬਹੁਤ ਬੇਕਾਰ ਸੀਗਾ। ਉਹ ਤਾਂ ਜਿਵੇਂ ਉਹਦਾ ਕੰਟਰੋਲਰ ਹੁੰਦਾ ਸੀ ਉਹਦੇ ਨਾਲ ਕਨੈਕਟ ਹੀ ਨਹੀਂ ਹੁੰਦਾ ਹੁੰਦਾ ਸੀ ਕਿੰਨਾ ਕਿੰਨਾ ਟਾਈਮ, ਤਾਂ ਫਿਰ ਜਿਵੇਂ ਉੜਦਾ ਨਾ ਡਰੋਨ ਦੇ ਵਿੱਚ ਡਿਸਕਨੈਕਟ ਹੋ ਜਾਣਾ। ਇੱਕ ਦੋ ਵਾਰੀ ਤਾਂ ਇਹਨੂੰ ਫੜ ਕੇ ਵੀ ਲਿਆਉਂਦਾ ਜਾ ਕੇ ਕਿ ਵਾਪਸ ਆ ਜਾ ਭਰਾਵਾ, ਡਿੱਗ ਗਿਆ ਪਤਾ ਨਹੀਂ ਕਿਤੇ, ਡਿੱਗ ਗਿਆ ਲਾਸਟ ਟਾਈਮ, ਡਿੱਗ ਗਿਆ ਪਤਾ ਨਹੀਂ ਕਿਤੇ, ਬਾਅਦ ਵਿੱਚ ਠੀਕ ਆ ਓਕੇ ਹੈ ਨਾ। ਈਵਨ ਸਾਡੇ ਕੋਲ ਬੈਗ ਵਗੈਰਾ ਜਾਂ ਉਹਦਾ ਚਾਰਜਰ ਵਗੈਰਾ, ਬੈਟਰੀਜ਼ ਵਗੈਰਾ, ਕੰਟਰੋਲ ਦਾ ਸਾਰਾ ਕੁਛ ਪਿਆ ਹੋਣਾ, ਅਤੇ ਉਹਦਾ ਇੱਦਾਂ ਦਾ ਹੀ ਸਿਸਟਮ, ਪਰ ਇਹ ਮੈਨੂੰ ਬੈਸਟ ਲੱਗਾ ਅੱਜ ਦੀ ਡੇਟ ਦੇ ਵਿੱਚ। ਬਾਕੀ ਹੁਣ ਆਪਾਂ ਆਏ ਹਾਂ ਜੀ, ਇੱਥੋਂ ਲੋਡ ਚੱਕਿਆ ਸੀ USA ਤੋਂ, ਅਤੇ ਇਹਦੀ ਡਿਲੀਵਰੀ ਵੀ ਆਪਾਂ ਹੀ ਕਰਨੀ ਹੈ ਰਸਤੇ ਦੇ ਵਿੱਚ। ਇੱਥੇ ਹੁਣ ਆਪਾਂ ਡਿਲੀਵਰੀ 'ਤੇ ਆਏ, ਇਸ ਤੋਂ ਬਾਅਦ ਆਪਾਂ ਨੂੰ ਜਾਵਾਂਗੇ ਯਾਰਡ ਦੇ ਵਿੱਚ, ਅਤੇ ਆਪਣਾ ਸਫ਼ਰ ਹੋ ਜਾਊਗਾ ਡਨ। ਇੱਥੇ ਜਿਹੜੀ ਰਾਈਟ ਸਾਈਡ 'ਤੇ ਹੈ ਨਾ, ਇਹ ਮੱਕੀ ਬੀਜੀ ਹੋਈ ਹੈ, ਇਹ ਗੋਰਿਆਂ ਦੀ ਮੱਕੀ ਆ, ਆਪਣੀ ਕਣਕ ਕਿ ਜਿੱਡੀ ਹੁੰਦੀ ਆ, ਆਹ ਜਿਹੜੀ ਹੁਣ ਰਾਈਟ ਸਾਈਡ 'ਤੇ ਆ ਰਹੀ ਆ।
ਓਪੋਜ਼ਿਟੋ ਸੁੱਖੀ ਸੰਧੀ ਆਪਾਂ ਪਹੁੰਚ ਗਏ ਹਾਂ ਯਾਰ 'ਚ, ਅਤੇ ਅੱਜ ਦੀ ਵੀਡੀਓ ਕਰਦੇ ਹਾਂ ਇੱਥੇ ਹੀ ਸਮਾਪਤ। ਮਿਲਦੇ ਹਾਂ ਕਿ ਅਗਲੀ ਵੀਡੀਓ ਦੇ ਵਿੱਚ, ਰੱਬ ਸੁੱਖ ਰੱਖੇ। ਹੁਣ ਆਪਾਂ ਕਰ ਲਈਏ ਅਜੇ ਲਾਇਆ ਹੀ ਆ ਲਿਆ ਕੇ, ਕੱਲ੍ਹ ਮੀਂਹ ਪਿਆ ਲੱਗਦਾ ਯਾਰ 'ਚ। ਬਾਕੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਕਿਸੇ 'ਚ, ਵਿਖਾਉਂਦੇ ਹਾਂ ਤੁਹਾਨੂੰ ਨਵੇਂ ਨਵੇਂ ਡਰੋਨ ਸ਼ੋਟ, ਫਿਰ ਅਜੇ ਮੈਂ ਬਾਲੇ ਲਾਏ ਨਹੀਂਗੇ, ਠੀਕ ਹੈ। ਬਾਕੀ ਜੇ ਕੋਈ ਵੀ ਕੁਸ਼ਚਨ ਹੋਵੇ ਰਿਗਾਰਡਿੰਗ ਡਰੋਨ, ਕੁਛ ਪੁੱਛਣਾ ਹੋਵੇ ਤਾਂ ਮੈਨੂੰ ਪੁੱਛ ਸਕਦੇ ਤੁਸੀਂ। ਥੈਂਕ ਯੂ ਸੋ ਮਚ ਵੀਡੀਓ ਵੇਖਣ ਦੇ ਲਈ। ਸਬਸਕ੍ਰਾਈਬ ਕਰ ਲਿਓ।